ਉਰੇ ਕੋਈ ਸੁਣਵਾਈ ਨਹੀਂ ਹੋ ਰਹੀ ਜੀ, ਕੁਛ ਵੀ ਨਹੀਂ ਹੋ ਰਿਹਾ, ਸਵੇਰ ਦੇ ਭੜਕਦੇ ਫਿਰਦੇ ਹਾਂ ਜੀ, ਠੀਕ ਨਹੀਂ। ਇਹ ਢਾਬਾ ਗਾ ਉਰੇ ਜੀ, ਇਹ ਅਸੀਂ ਗੱਡੀ ਦੇ ਵਿੱਚ ਬੈਠੇ ਸੀ, ਇਹ ਜਿਹੜਾ ਟਰੱਕ ਡਰਾਈਵਰ ਸੀ ਪਤਾ ਨਹੀਂ ਇਹਦਾ ਡਰਾ ਕੀਤਾ ਹੋਇਆ ਸੀ, ਪਤਾ ਨਹੀਂ ਇਹਦਾ ਕੋਈ ਖਾਧਾ ਪੀਤਾ ਹੋਇਆ ਸੀ। ਇਹਨੇ ਸਭ ਤੋਂ ਪਹਿਲਾਂ ਇੱਕ ਪਿੱਛੇ ਗੱਡੀ ਖੜੀ ਹੈ 407, ਉਹਦੇ ਵਿੱਚ ਹਿੱਟ ਕਰਿਆ, ਉਸ ਤੋਂ ਬਾਅਦ ਸਰ ਆਹ ਗੱਡੀ ਖੜੀ ਹੈਗੀ ਇਹਦੇ ਵਿੱਚ ਹਿੱਟ ਕਰਿਆ, ਉਸ ਤੋਂ ਬਾਅਦ ਇਹਨੇ ਸਾਨੂੰ ਆਪਦੀ ਚਪੇਟ 'ਚ ਲੈ ਲਿਆ ਜੀ। ਅਸੀਂ ਫਿਰ ਆਪਦੀ ਜਾਨ ਬਚਾ ਕੇ ਗੱਡੀ ਦੇ ਵਿੱਚੋਂ ਨਿਕਲਿਆਂਗੇ, ਫਿਰ ਅਸੀਂ ਉਹਦੇ ਕੁੱਕਾ ਸੁਣ ਕੇ ਉਹਨੂੰ ਅਸੀਂ ਬਚਾਉਣ ਨਿਕਲ ਗਿਆ, ਫਿਰ ਉਹਨੂੰ ਐਂਬੂਲੈਂਸ ਵਗੈਰਾ ਬੁਲਾਈ, ਉਹਨੂੰ ਅਸੀਂ ਐਂਬੂਲੈਂਸ ਦੇ ਵਿੱਚ ਭੇਜਿਆ ਜੀ। ਕੋਈ ਜਾਨੀ ਮਾਲੀ ਨੁਕਸਾਨ ਤੋਂ? ਨਹੀਂ ਸਰ, ਜਾਨੀ ਮਾਲੀ ਕੋਈ ਨੁਕਸਾਨ ਨਹੀਂ ਹੋਇਆ, ਉੱਦਾਂ ਸਾਰਾ ਨੁਕਸਾਨ ਹੀ ਨੁਕਸਾਨ ਆ ਜੀ, ਉਰੇ ਕੋਈ ਸੁਣਵਾਈ ਨਹੀਂ ਹੋ ਰਹੀ ਜੀ, ਕੁਛ ਵੀ ਨਹੀਂ ਹੋ ਰਿਹਾ, ਸਵੇਰ ਦੇ ਭੜਕਦੇ ਫਿਰਦੇ ਹਾਂ ਜੀ, ਠੀਕ ਨਹੀਂ। ਕੋਈ ਵੀ ਨਹੀਂ, ਮਤਲਬ ਕਿ ਆ ਜਾਂਦੇ ਨੇ, ਵਗ ਜਾਂਦੇ ਨੇ, ਠੀਕ ਨਹੀਂ। ਉਹ ਬੰਦੇ ਨੇ ਲੈਂਡ ਲਾਉਣ ਜੀ, ਉਹ ਤਾਂ ਕਹਿੰਦੇ ਸਾਡੇ 1700 ਟਰੱਕ ਚੱਲਦੇ ਨੇ, ਸਾਡੇ ਇੰਸ਼ੋਰੈਂਸਾਂ ਨੇ ਗੱਡੀਆਂ ਆਏ ਨੇ ਉਹ ਨੇ, ਜੇ ਭਾਈ ਇੰਸ਼ੋਰੈਂਸਾਂ ਤੁਹਾਡੀਆਂ ਗੱਡੀਆਂ ਨੇ ਸਾਡੀਆਂ ਗੱਡੀਆਂ ਸਾਈਡਾਂ 'ਤੇ ਖੜੀਆਂ ਥੋੜ੍ਹਾ ਮਾਰਨੇ, ਬੰਦੇ ਥੋੜ੍ਹਾ ਮਾਰਨੇ ਨੇ ਜੀ। ਇਸ ਬਾਰੇ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਮਿਲੇ? ਸਰ 3-4 ਵਾਰ ਜਾ ਕੇ ਆਏ ਜੀ ਪੁਲਿਸ ਪ੍ਰਸ਼ਾਸਨ ਕੋਲ। ਕੀ ਕਹਿੰਦੇ? ਬਸ ਇੱਕ ਵਾਰ ਸਾਨੂੰ ਕਹਿੰਦੇ ਚਲੋ ਮੀਟਿੰਗ ਕਰ ਲਓ ਤੁਸੀਂ, ਮੀਟਿੰਗ ਦੇ ਵਿੱਚ ਸਾਨੂੰ ਕਹਿੰਦਾ 5-7 ਹਜ਼ਾਰ ਰੁਪਏ ਲੈ ਲਓ, ਜੋ ਗੱਡੀ ਦਾ ਮਾਲਕ ਆ ਕੰਪਨੀ ਦਾ ਮਾਲਕ ਹੈਗਾ, ਕਹਿੰਦਾ 5-7 ਹਜ਼ਾਰ ਰੁਪਏ ਲੈ ਲਓ। ਸਰ ਤੁਹਾਨੂੰ ਵੀ ਪਤਾ 5-7 ਹਜ਼ਾਰ ਦਾ ਸਾਈਕਲ ਵੀ ਨਹੀਂ ਆਉਂਦਾ ਹੈਗਾ, ਇਹ ਤਾਂ ਫਿਰ ਗੱਡੀ ਹੈ। ਕੀ ਮੰਗ ਕਰਦੇ ਸੀ? ਮੰਗ ਤਾਂ ਸਰ ਐਂ, ਸਾਨੂੰ ਇਨਸਾਫ਼ ਮਿਲੇ ਜੀ, ਗਰੀਬ ਬੰਦੇ ਹਾਂਗੇ ਜੀ, ਠੀਕ ਨਹੀਂ। ਹੁਣ ਸਾਨੂੰ ਆਹ ਦੇਖੋ ਤੁਸੀਂ ਦਿਖਾ ਸਕਦੇ ਹੋ, ਇੰਨਾ ਸਾਰਾ ਨੁਕਸਾਨ ਹੋ ਗਿਆ। ਕਿੱਧਰੋਂ ਆ ਰਹੀ ਸੀ ਇਹ ਟਰੱਕ, ਕਿੱਧਰੋਂ ਆ ਰਹੀ? ਸਰ ਗੱਡੀ ਸੰਗਰੂਰ ਵੱਲੋਂ ਆ ਰਹੀ ਸੀ। ਸੰਗਰੂਰ ਸਾਈਡ ਵੱਲੋਂ ਗੱਡੀਆਂ ਆ ਰਹੀਆਂ ਸੀ, ਧੂਰੀ ਦੇ ਨੇੜੇ ਐਕਸੀਡੈਂਟ ਹੋਇਆ ਹੈਗਾ। ਗੱਡੀ ਹੈ ਜਿਹੜੀ ਉਹ ਸਮੈਂਟ ਦੀ ਲੋਡ ਸੀਗੀ, ਉਹ ਆਪਸ ਵਿੱਚ ਟਕਰਾ ਗਈਆਂ, ਬਰੀਕੀ ਨਾਲ ਅਸੀਂ ਜਾਂਚ ਕਰ ਰਹੇ ਹਾਂਗੇ, ਜਿੱਦਾਂ ਦਾ ਵੀ ਹੋਵੇਗਾ ਤਾਂ ਅਸੀਂ ਬਿਆਨ ਲਿਖ ਕੇ ਹੋਈ ਜੀ ਤਾਂ ਦੀ ਕਾਰਵਾਈ ਅਮਲ 'ਚ ਲਿਆਵਾਂਗੇ।